ਜੀ ਗਾਇਸ ਮੈਂ ਰਨਾਏ ਆ ਗਿਆ ਤੇ ਆ ਮੇਨ ਗੇਟ ਸਮੁੰਦਰ ਮੰਥਨ ਦਾ ਸੀਨ ਹੈ ਇਹ ਜੈ ਸ਼੍ਰੀ ਰਾਮ ਅਜੇ ਤਾਂ ਹਲੇ ਭੂਆ ਜੀ ਲਵੇ ਜਾਵਾਂਗੇ ਕੈਥਲ ਲੈਂਦੇ ਨੇ ਮੇਰਾ ਕਜ਼ਨ ਬ੍ਰਦਰ ਸੁਮਿਤ ਤੇ ਅਮਿਤ ਹੈਲੋ ਗਾਇਸ ਅੱਜ ਮੈਂ ਆ ਗਿਆ ਆਪਣੇ ਸੁਮਿਤ ਬ੍ਰਦਰ ਦੇ ਜਿਹੜਾ ਕਜ਼ਨ ਹੈ ਮੇਰਾ ਜਿਹੜਾ ਇਹ ਜਗਦੀਸ਼ਪੁਰਾ ਪਿੰਡ ਪੈਂਦਾ ਕੈਥਲ ਵਿੱਚ ਪੈਂਦਾ ਹਰਿਆਣੇ ਵਿੱਚ ਤੇ ਦੋਸਤੋ ਇਹ ਕੁਝ ਵਿਊ ਲਾਈਟਸ ਦਾ ਘਰ ਤੇ ਪੈ ਰਹੀਆਂ ਨੇ ਘਰ ਦੇਖੋ ਆਪਣਾ ਕਿੰਨਾ ਵਧੀਆ ਚੌਂਕ ਰਿਹਾ ਭੂਆ ਜੀ ਦਾ ਘਰ ਹਾਂਜੀ ਗਾਇਸ ਮੈਂ ਪਟਿਆਲੇ ਪਹੁੰਚ ਗਿਆ ਤੇ ਉਸ ਤੋਂ ਬਾਅਦ ਮੈਂ ਦੇਵੀਗੜ੍ਹ ਰੋਡ ਤੋਂ ਤੇਵੇ ਵੱਲ ਜਾਊਂਗਾ ਬੋਲ ਸੰਗਵੇਸ਼ਵਰ ਮਹਾਦੇਵ ਕੀ ਹਾਂਜੀ ਗਾਇਸ ਮੈਂ ਰਨਾਏ ਦੇ ਮੰਦਿਰ ਵੱਲ ਵੱਧ ਰਿਹਾ ਤੇ ਇਹ ਹੈ ਮੇਨ ਗੇਟ ਰਨਾਏ ਮੰਦਿਰ ਦਾ ਗਾਇਸ ਮੈਂ ਮੰਦਿਰ ਦੀ ਐਂਟਰੀ ਤੇ ਪਹੁੰਚ ਗਿਆ ਇੱਥੇ ਆ ਕੇ ਇੱਕ ਅਲੱਗ ਹੀ ਵਾਈਬ ਬਣਦੀ ਹੈ ਪੋਜ਼ਿਟਿਵ ਵਾਈਬ ਜੀ ਗਾਇਸ ਮੈਂ ਰਨਾਏ ਆ ਗਿਆ ਤੇ ਇਹ ਹੈ ਮੇਨ ਗੇਟ ਚਲੋ ਚੱਲਦੇ ਹਾਂ ਹਾਂਜੀ ਗਾਇਸ ਮੈਂ ਰਨਾਏ ਪਹੁੰਚ ਗਿਆ ਤੇ ਪਿੱਛੇ ਦਾ ਵਿਊ ਦੇਖੋ ਸਮੁੰਦਰ ਮੰਥਨ ਦਾ ਸੀਨ ਹੈ ਇਹ ਵਿਸ਼ਨੂੰ ਭਗਵਾਨ ਜੀ ਖੜੇ ਨੇ ਉੱਪਰ ਤੇ ਮੇਰੇ ਪਿੱਛੇ ਮੰਦਿਰ ਹੈ ਸੰਗਮੇਸ਼ਵਰ ਮਹਾਦੇਵ ਰਨਾਏ ਪਿਹੋਵਾ ਤੇ ਪਿੱਛੇ ਹਵਨ ਕੁੰਡ ਵੀ ਹੈ ਹਵਨ ਕੁੰਡ ਹੈ ਪਿੱਛੇ ਹਾਂਜੀ ਗਾਇਸ ਫਰੰਟ ਹੈ ਆਪਣੇ ਰਨਾਏ ਸੰਗਮੇਸ਼ਵਰ ਮਹਾਦੇਵ ਪਿਹੋਵੇ ਦਾ ਤੇ ਉਧਰਲੀ ਬਿਲਡਿੰਗ ਵੀ ਦਿਖਾਉਣਾ ਤੁਹਾਨੂੰ ਮੈਂ ਕੀ ਬੋਲਣਾ ਚਾਹੇ ਕਿਵੇਂ ਲੱਗਿਆ ਅੱਜ ਘੁੰਮ ਕੇ ਬਹੁਤ ਅੱਛਾ ਲੱਗਿਆ ਗਾਇਸ ਸਾਨੂੰ ਘੁੰਮ ਕੇ ਕਸਾਰੇ ਆਇਆ ਦੁਬਾਰਾ ਬਲਕਿ ਮੈਂ ਇੱਥੇ ਆਈ ਹੋਈ ਹਾਂ ਬਹੁਤ ਮਤਲਬ ਛੋਟੇ ਹੁੰਦੇ ਆਈ ਸੀ ਤੇ ਬਹੁਤ ਵਧੀਆ ਲੱਗਿਆ ਤੇ ਅਸੀਂ ਸਾਰੀ ਫੈਮਿਲੀ ਸਾਥ ਗਏ ਹਾਂ ਆ ਦੇ ਆ ਫਰੰਟ ਆ ਨਾ ਉਧਰ ਅਰਧਾਂਗਨੀ ਰੂਪ ਹੈ ਸ਼ਿਵ ਜੀ ਦਾ ਆ ਜਾ ਚੱਲੀਏ ਆ ਜਾ ਆ ਜਾ ਅੱਗੇ ਆ ਜਾ ਜੈ ਸ਼੍ਰੀ ਰਾਮ ਜੈ ਬਜਰੰਗ ਬਲੀ ਜੀ ਗਾਇਸ ਇਹ ਮੰਦਿਰ ਹੈ ਸ਼੍ਰੀ ਸੰਗਮੇਸ਼ਵਰ ਮਹਾਦੇਵ ਰਨਾਏ ਧਾਮ ਚ ਬਜਰੰਗ ਬਲੀ ਜੀ ਦਾ ਬਹੁਤ ਵਧੀਆ ਲੱਗਾ ਘੁੰਮ ਕੇ ਅੱਜ ਬਹੁਤ ਵਧੀਆ ਭਗਵਾਨ ਜੀ ਦਾ ਬੁਲਾਵਾ ਆਇਆ ਸੀ ਤਾਂ ਹੀ ਆ ਗਏ ਕਿ ਨਹੀਂ ਯੈਸ ਆਇਆ ਨਹੀਂ ਅੰਦਰ ਅਭੀ ਤੋ ਗਾਇਸ ਅੱਗੇ ਵੀ ਜਾਣਾ ਹਮ ਆਪਕੋ ਆਗੇ ਜਾਕੇ ਅਜੇ ਤਾਂ ਹਲੇ ਭੂਆ ਜੀ ਲਵੇ ਜਾਵਾਂਗੇ ਕੈਥਲ ਲੈਣ ਨੇ ਮੇਰਾ ਕਜ਼ਨ ਬ੍ਰਦਰ ਸੁਮਿਤ ਤੇ ਅਮਿਤ ਗਾਇਸ ਇਹ ਡਸਟਬਿਨ ਲੱਭ ਰਹੀ ਹੈ ਅੱਛੀ ਬੱਚੀ ਹੈ ਇਹ
ਤੇ ਕਿਵੇਂ ਲੱਗਿਆ ਮੰਦਰ ਘੁੰਮ ਕੇ? ਬਹੁਤ ਵਧੀਆ ਲੱਗਿਆ ਸਾਨੂੰ। ਗਾਈਸ ਇੱਥੇ ਨਿਊ ਮੰਦਰ ਬਣ ਰਿਹਾ ਹੈ। ਤੁਹਾਨੂੰ ਦੇਖਣਾ ਤਾਂ ਸਾਡੀ ਵੀਡੀਓ ਜ਼ਰੂਰ ਦੇਖਿਓ। ਪੂਰੀ ਦੇਖ ਕੇ ਜਾਇਓਗੇ? ਗਾਈਸ ਸਾਨੂੰ ਬਹੁਤ ਬਹੁਤ ਵਧੀਆ ਲੱਗਿਆ ਇੱਥੇ ਮੰਦਰ ਆ ਕੇ। ਤੇ ਮਤਲਬ ਬਹੁਤ ਅੱਛਾ ਸੀਗਾ। ਪਹਿਲਾਂ ਨਾ ਅੰਦਰ ਇਹਨਾਂ ਨੇ ਮਤਲਬ ਬਾਹਰ ਸੀ ਮੰਦਰ ਚੇਂਜ ਹੋ ਗਿਆ ਕਾਫੀ ਮੰਦਰ। ਚੇਂਜ ਹੋ ਗਿਆ। Yeah, I'm about to fade away. Cause every time I wake up I feel like it's Monday. Something's going wrong with all the chemicals up in my brain. All of a sudden I don't look at anything the same way. Gotta build up of my thoughts sitting in an ashtray. I'm sorry that I'm so inconvenient, okay. Just let me be me and I'll stay out of your way. I can see the way you look at me, I'm such a disgrace. I never really asked to be brought into this place. हेलो गाइज, अज मैं आ गया अपने सुमित ब्रदर दे, जिहड़ा कजन है मेरा, दे घरे आया हां जगदीशपुरा। जिहड़ा ए जगदीशपुरा पिंड पैंदा कैथल विच, पैंदा हरियाणा विच। ते रिशु किवें लग्या तैनूं इत्थे आ के? ते असीं गल्लां बातां करांगे ते खाणा पीणा खावांगे ते आराम करांगे। ते तुहानूं मन ए घर बाहरों ते इधर कतूरे फिर रहे ने। इधर बुआ जी ने सब्जियां वगैरह खाई हुई ने। पूरी नेचुरल सब्जियां खाते ने बुआ जी ने। कुछ बढ़िया है ना नेचुरल सब्जियां। ते दोस्तों सुमित ब्रदर ने बहुत बढ़िया लगाई हुई लाइटा दिल्ली तो। कहते बुआ जी कहते बाय करके लेके आया सीगा। लाइटा देखो तुसी कितनी वधिया रोशनी आ रही है। इन फ्रंट ऑफ हाउस वधिया लाइटा लगी ने। देखो मैं तुहानू होर भी दिखाना, घर देखो कितना शाइन कर रहे हैं। इधर भी लगे हुए ने, इधर बगीचा टाइप बनाया है बुआ जी के घर च। इधर देखो ये मैं तुहानू बैक साइड दिखाना। हाँ देखो वधिया लग रही है लाइटा सारिया। दोस्तों ये कुछ व्यू है लाइट्स का, करते पै रही ने। और देखो अपना कि चौंक रहे बुआ जी का घर। सुमित ब्रदर तुसी अगर वीडियो देखोगे तो मैं बहुत वधिया लगे लाइट। तुसी बहुत वधिया काम किया है घर च, घर की शाइनिंग वधी इस नाल होर। ते हाँ देखो लाइट्स वगैरह। I guess you're trying to stay strong and fake a smile until I look away. But I know you're not. Amit Brother ji aa gaye ne. Hello.